ਕਰਨਾ ਜਿਹਨਾਂ ਇੱਕ ਵਰਕਰ ਨੂੰ ਮੁੱਖ ਕਰਤਾ। ਮੈਂ ਕਦੀ ਆਪਣੇ ਆਪ ਨੂੰ ਐਮਐਲਏ ਨਹੀਂ ਸਮਝਿਆ, ਮੈਂ ਪਾਰਟੀ ਦਾ ਵਰਕਰ ਸਮਝਿਆ। ਮੈਂ ਇਸ ਲਈ ਵੀ ਇਹ ਕਹਿੰਦਾ ਕਿ ਪਾਰਟੀ ਹਾਈ ਪਾਰਟੀਕਲ ਜਦੋਂ ਵੀ ਰਹੇਗੀ ਆਪਾਂ ਪਾਰਟੀ ਨਾਲ ਚੱਲਣਾ। ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ, ਉਹਦੇ ਵਾਸਤੇ ਅਸੀਂ ਜੋੜ ਦੇਖੋ। ਇਹ ਗੱਲ ਤੁਸੀਂ ਸੰਨੀ ਦਿਓ ਜੀ ਨੇ ਮੰਨਦੇ ਰਹੇ ਨੇ, ਇਹ ਗੱਲ ਵੀ ਨਹੀਂ ਮੰਨਦੇ ਰਹੇ। ਪਹਿਲੇ ਵੀ ਐਮ ਪੀ ਮੰਨਦੇ ਕਿੰਨੇ ਕਰਦੇ ਰਹੇ, ਲੇਕਿਨ ਠੀਕ ਹੈ ਕਮੀ ਪਿੱਛੇ ਨਹੀਂ ਹੈਗੀ, ਲੇਕਿਨ ਆਉਣ ਵਾਲੇ ਟਾਈਮ 'ਚ ਅਸੀਂ ਉਹ ਕਮੀਆਂ ਪਿੱਛੇ ਦੂਰ ਕਰਾਂਗੇ। ਜਿਹੜੀ ਜਿਹੜੀ ਇੱਕ ਕਮੀ ਪਿੱਛੇ ਜੋ ਲੋਕਾਂ ਦੀ ਡਿਮਾਂਡ ਇੱਕ ਇੱਕ ਡਿਮਾਂਡ ਪੂਰੀ ਕਰਾਂਗੇ। ਔਰ ਤੁਸੀਂ ਦੇਖੋ ਸੁਜਾਨਪੁਰ ਸੁਜਾਨਪੁਰ 'ਚ ਜਿਸ ਵੇਲੇ ਮੈਂ ਐਮ ਐਲ ਏ ਸਾ ਉਸ ਵੇਲੇ ਦੇਖੋ ਕਿੰਨੇ ਕੰਮ ਹੋਏ ਆ। ਕਦੀ ਕਾਲਜ ਨਹੀਂ ਬਣਿਆ, ਆਈ ਟੀ ਆਈ ਬਣਿਆ, ਠੀਕ ਹੈ ਜੀ, ਲੀਚੀ ਜ਼ੋਨ ਬਣਿਆ, ਸਟੇਡੀਅਮ ਬਣਿਆ, ਸਾਰੇ ਕੰਮ ਹੋਏ ਉਸ ਵੇਲੇ। ਨਵੀਆਂ ਸੜਕਾਂ ਬਣੀਆਂ, ਅੱਜ ਤਾਂ ਰਿਪੇਅਰ ਵੀ ਸੜਕਾਂ ਹੋਈ ਕਰਦੀਆਂ। ਇਸ ਕਰਕੇ ਆਪਣਾ ਕੋਈ ਨੁਮਾਇੰਦਾ ਬਣੇ ਨਾ ਜੀ ਲੋਕਲ, ਜਿੱਦਾਂ ਪਾਰਟੀ ਹਾਈਕਮਾਂਡ ਦਾ ਮਨ 'ਚ ਇਹ ਵੀ ਲੋਕਲ ਕੈਂਡੀਡੇਟ ਜਾਣਾ, ਅਤੇ ਉਹਦੇ ਕੰਮ ਹੋਣੇ ਹੋਣੇ ਨੇ। ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਮਰਜ਼ੀ ਕਰਕੇ। ਦੇਖੋ ਆਪਾਂ ਕਿਸਾਨ, ਮੈਂ ਵੀ ਕਿਸਾਨ ਹਾਂ, ਪਾਰਟੀ ਹਾਈਕਮਾਂਡ ਨੇ 5 ਫਸਲਾਂ 'ਤੇ ਐਮ ਐਸ ਪੀ ਕਿਹਾ ਵੀ ਦੇਣੀ, ਔਰ ਉਹ 5 ਫਸਲਾਂ 'ਤੇ ਐਮ ਐਸ ਪੀ ਦੇਣ ਦੇ ਵੀ ਤਿਆਰ ਹੈ। ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨੇ ਅਸੀਂ ਪਾਰਟੀ ਦਿੱਲੀ ਹਾਈਕਮਾਂਡ ਨਾਲ ਗੱਲ ਕਰਨੇ, ਕਿਸਾਨਾਂ ਦੇ ਅਸੀਂ ਨਾਲ ਹੈ, ਹਮੇਸ਼ਾ ਨਾਲ ਹੈ। ਲੇਕਿਨ ਕੁਛ ਲੋਕ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਤੁਹਾਨੂੰ, ਔਰ ਖਾਸ ਕਰ ਦੇਖੋ ਪੰਜਾਬ ਦਾ ਇੰਨਾ ਬੁਰਾ ਹਾਲ ਆ, ਅੱਜ ਕੋਈ ਸਾਰੀ ਇੰਡਸਟਰੀ ਚੱਲ ਗਈ, ਇੱਥੇ ਕੋਈ ਕੰਮ ਨਹੀਂ ਹੋਇਆ ਕਰਦਾ। ਆਪਾਂ ਚਾਹੁੰਦੇ ਹਾਂ ਕਿ ਪੰਜਾਬ 'ਚ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ। ਡਰੱਗਸ ਦਾ ਦੇਖੋ ਕਿੰਨਾ ਵੱਡਾ ਇਸ਼ੂ ਹੈ, ਆਪਣੇ ਜਿਹੜਾ ਇਹ ਹੈ ਰੇਤ ਬਜ ਦਾ ਇਸ਼ੂ ਹੈ, ਕੋਈ ਮਸਲਾ ਹੱਲ ਨਹੀਂ ਹੋਇਆ। ਅੱਜ ਆਪਣਾ ਐਮ ਪੀ ਇੱਥੋਂ ਬਣਦਾ, ਕੋਈ ਮੁਸ਼ਕਿਲ ਨਹੀਂ, ਸਾਰੇ ਸੈਂਟਰ ਸਰਕਾਰ ਸਾਡੀ ਬਣਨੀ ਹੈ ਮੋਦੀ ਜੀ ਨਾਲ। ਕਿਹੜੇ ਮੁੱਦੇ ਲੈ ਕੇ ਚੱਲੋਗੇ? ਦੇਖੋ ਸਭ ਤੋਂ ਪਹਿਲੇ ਇਹ ਹੈ ਕਿ ਕੋਈ ਨਾ ਕੋਈ ਹੈਲਥ ਬਾਰੇ ਸਪੀਚ ਜਿਹੜੀ ਸੈਂਟਰ ਸੈਂਟਰ ਰੱਖਣਾ ਚਾਹੀਦਾ, ਐਜੂਕੇਸ਼ਨ ਬਾਰੇ ਹੈ, ਹੈਲਥ ਬਾਰੇ ਹੈ। ਸੁਜਾਨਪੁਰ 'ਚ ਜਿਸ ਵੇਲੇ ਮੈਂ ਐਮ ਐਲ ਏ ਸਾ ਉਸ ਵੇਲੇ ਦੇਖੋ ਕਿੰਨੇ ਕੰਮ ਹੋਏ ਆ। ਕਦੀ ਕਾਲਜ ਨਹੀਂ ਬਣਿਆ, ਇੱਥੇ ਆਈ ਟੀ ਆਈ ਬਣਿਆ, ਠੀਕ ਹੈ ਜੀ, ਲੀਚੀ ਜ਼ੋਨ ਬਣਿਆ, ਸਟੇਡੀਅਮ ਬਣਿਆ, ਸਾਰੇ ਕੰਮ ਹੋਏ ਉੱਥੇ ਉਸ ਵੇਲੇ। ਨਵੀਆਂ ਸੜਕਾਂ ਬਣੀਆਂ, ਅੱਜ ਤਾਂ ਰਿਪੇਅਰ ਵੀ ਸੜਕਾਂ ਹੋਈ ਕਰਦੀਆਂ। ਇਸ ਕਰਕੇ ਆਪਣਾ ਕੋਈ ਨੁਮਾਇੰਦਾ ਬਣੇ ਨਾ ਜੀ ਲੋਕਲ, ਜਿੱਦਾਂ ਪਾਰਟੀ ਹਾਈਕਮਾਂਡ ਦਾ ਮਨ 'ਚ ਇਹ ਵੀ ਲੋਕਲ ਕੈਂਡੀਡੇਟ ਜਾਣਾ, ਅਤੇ ਉਹਦੇ ਕੰਮ ਹੋਣੇ ਹੋਣੇ ਨੇ। ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਮਰਜ਼ੀ ਕਰਕੇ। ਦੇਖੋ ਆਪਾਂ ਕਿਸਾਨ, ਮੈਂ ਵੀ ਕਿਸਾਨ ਹਾਂ, ਪਾਰਟੀ ਹਾਈਕਮਾਂਡ ਨੇ 5 ਫਸਲਾਂ 'ਤੇ ਐਮ ਐਸ ਪੀ ਕਿਹਾ ਵੀ ਦੇਣੀ, ਔਰ ਉਹ 5 ਫਸਲਾਂ 'ਤੇ ਐਮ ਐਸ ਪੀ ਦੇਣ ਦੇ ਵੀ ਤਿਆਰ ਹੈ। ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨੇ ਅਸੀਂ ਪਾਰਟੀ ਦਿੱਲੀ ਹਾਈਕਮਾਂਡ ਨਾਲ ਗੱਲ ਕਰਨੇ, ਕਿਸਾਨਾਂ ਦੇ ਅਸੀਂ ਨਾਲ ਹੈ, ਹਮੇਸ਼ਾ ਨਾਲ ਹੈ। ਲੇਕਿਨ ਕੁਛ ਲੋਕ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਤੁਹਾਨੂੰ, ਔਰ ਖਾਸ ਕਰ ਦੇਖੋ ਪੰਜਾਬ ਦਾ ਇੰਨਾ ਬੁਰਾ ਹਾਲ ਆ, ਅੱਜ ਕੋਈ ਸਾਰੀ ਇੰਡਸਟਰੀ ਚੱਲ ਗਈ, ਇੱਥੇ ਕੋਈ ਕੰਮ ਨਹੀਂ ਹੋਇਆ ਕਰਦਾ। ਆਪਾਂ ਚਾਹੁੰਦੇ ਹਾਂ ਕਿ ਪੰਜਾਬ 'ਚ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ। ਡਰੱਗਸ ਦਾ ਦੇਖੋ ਕਿੰਨਾ ਵੱਡਾ ਇਸ਼ੂ ਹੈ, ਆਪਣੇ ਜਿਹੜਾ ਇਹ ਹੈ ਰੇਤ ਬਜ ਦਾ ਇਸ਼ੂ ਹੈ, ਕੋਈ ਮਸਲਾ ਹੱਲ ਨਹੀਂ ਹੋਇਆ। ਅੱਜ ਆਪਣਾ ਐਮ ਪੀ ਇੱਥੋਂ ਬਣਦਾ, ਕੋਈ ਮੁਸ਼ਕਿਲ ਨਹੀਂ, ਸਾਰੇ ਸੈਂਟਰ ਸਰਕਾਰ ਸਾਡੀ ਬਣਨੀ ਹੈ ਮੋਦੀ ਜੀ ਨਾਲ। ਕਿਹੜੇ ਮੁੱਦੇ ਲੈ ਕੇ ਚੱਲੋਗੇ? ਦੇਖੋ ਸਭ ਤੋਂ ਪਹਿਲੇ ਇਹ ਹੈ ਕਿ ਕੋਈ ਨਾ ਕੋਈ ਹੈਲਥ ਬਾਰੇ ਸਪੀਚ ਜਿਹੜੀ ਸੈਂਟਰ ਰੱਖਣਾ ਚਾਹੀਦਾ,
ਐਜੂਕੇਸ਼ਨ ਬਾਰੇ ਹੈ, ਹੈਲਥ ਬਾਰੇ ਹੈ,